चाहे वो सिंथेटिक है, चाहे वो हीरोइन है, चाहे वो गांजा है। सो गांजे का आम जो पहला चलता है यूपी बिहार तो ही लोग लेके आते और ज़्यादातर जरा यूजेज है वो माइग्रेंट पॉपुलेशन दे विच हुंदा। असी इहदी बैकवर्ड लिंकेजेस दे विच ही सारा काम करते हैं। पिछे जे ईवन डिस्ट्रिक्ट रोपड़ दे विच भी छोटी रिकवरी तो एक बहुत बड़ी रिकवरी 1 किलो कुछ हीरोइन की हुई और सारा बॉर्डर तक उहदे तार गए। सो इस तरह मोहाली डिस्ट्रिक्ट दे विच भी, फतेहगढ़ साहब डिस्ट्रिक्ट भी साडी रेंज दे विच बहुत सारिया रिकवरियां अच्छिया हुई हैं। और जिहड़ा ये सप्लाई लाइन तोड़नी एक चीज़ है, इनफोर्समेंट का बड़ा इंपोर्टेंट पार्ट है, बट असी वो बैकवर्ड लिंकेजेस भी नाल लैके आने लोगों के प्रॉपर्टीज़ फ्रीज करा रहे हैं। काफ़ी केस मोहाली के तैयार किए गए हैं जो कि कॉम्पिटेंट अथॉरिटी तो वो असी फ्रीज भी करावे। NDPS POs के उत्ते भी अच्छा काम होया और इनू एक मतलब असी ड्राइव बनाई हुई है कि एक तैया किया हुआ इस गल के उत्ते कि इनू असी मुकाना है। और जो साढ़े मानयोग CM साहब के दिशा निर्देश ने उन्होंने पालना करते हुए और सारी फोर्स में भी मोटिवेट रख्या। और जिहड़ा ये बच्चों वाली गल तुसी दस रहे हो, देखो ये बड़े सोशो इकनोमिक प्रॉब्लम्स होंदियां और इन्हों का असी इलाज भी करावे। और इस करके मैं तुहाडे नाल शेयर किया कि डिस्ट्रिक्ट एडमिनिस्ट्रेशन ते हेल्थ अथॉरिटीज़ बड़ा इंपोर्टेंट कंपोनेंट है ड्रग्स का। शामिल ਜਿਵੇਂ ਚੰਡੀਗੜ੍ਹ ਦੀ ਗੱਲ ਕਰੀਏ ਜਾਂ ਫਿਰ ਪੰਚਕੂਲਾ ਦੀ ਗੱਲ ਕਰੀਏ, ਹਰਿਆਣਾ ਹੋ ਗਿਆ, ਇੱਕ ਪਾਸੇ UP ਹੋ ਗਿਆ, ਸਪਲਾਈ ਲਾਈਨ ਤੋੜਨੀ ਪਏਗੀ ਤਾਂ ਫਿਰ ਸਪਲਾਈ ਤਾਂ ਉੱਥੇ ਤੱਕ ਹੀ ਚੇਨ ਬਣੀ ਹੋਈ ਹੈ, ਉਹਨੂੰ ਕਿਵੇਂ ਤੋੜਿਆ ਜਾਏਗਾ, ਇੱਕ ਚੈਲੰਜ। ਦੇਖੋ ਭਾਈ ਸਾਹਿਬ, ਬੜੀ ਸਿੰਪਲ ਗੱਲ ਹੈ, ਸਪਲਾਈ ਲਾਈਨ ਚਾਹੇ ਇੰਟਰ ਸਟੇਟ ਹੋਵੇ, ਚਾਹੇ ਇੰਟਰ ਡਿਸਟ੍ਰਿਕਟ ਹੋਵੇ, ਚਾਹੇ ਕਿਤੇ ਵੀ ਹੋਵੇ, ਜਦੋਂ ਇੱਕ ਬੰਦਾ NDPS ਬੜਾ ਸਟ੍ਰਿਕਟ ਐਕਟ ਹੈਗਾ ਔਰ ਉਹਦੇ 'ਚ ਪ੍ਰੋਵੀਜ਼ਨਸ ਜਿਹੜੀਆਂ ਲਾਅ ਮੇਕਰਸ ਨੇ ਬੜੀਆਂ ਇਫੈਕਟਿਵ ਬਣਾਈਆਂ, ਕਿਉਂਕਿ ਕੋਈ ਬੰਦਾ ਵੀ ਕਿਸੇ ਤਰ੍ਹਾਂ ਦਾ ਵੀ ਰੋਲ ਹੈ ਉਹ ਡਿਫਾਈਨਡ ਹੈ NDPS ਐਕਟ 'ਚ, ਬੜੀਆਂ ਅੱਛੀਆਂ ਅਮੈਂਡਮੈਂਟਸ ਵੀ ਆਈਆਂ, ਉਹਦੇ 'ਚ ਕੋਈ ਦਿੱਕਤ ਨਹੀਂ ਆਉਂਦੀ ਲੀਗਲੀ। ਚਾਹੇ ਅਸੀਂ ਕਿਤੋਂ ਵੀ ਜਾ ਕੇ ਕਿਸੇ ਬੰਦੇ ਨੂੰ ਜਿਹੜਾ ਕੋਈ ਇਹਦੇ 'ਚ ਇਨਵੋਲਵਡ ਹੈ ਉਹਨੂੰ ਲੀਗਲੀ ਆਪਾਂ ਉਹਦੇ ਖਿਲਾਫ਼ ਕਾਰਵਾਈ ਕਰ ਦੇ ਸਕਦੇ ਹਾਂ। ਵੀਡੀਓ ਵਾਇਰਲ ਹੁੰਦੀ ਹੈ ਔਰ ਜੋ ਨਸ਼ਾ ਵੇਚਣ ਵਾਲੇ ਦੀ ਪਿਟਾਈ ਪੰਚਾਇਤ ਕਰਦੀ ਹੈ ਜਾਂ ਆਮ ਪਬਲਿਕ ਉੱਥੇ ਕਰ ਰਹੀ ਹੁੰਦੀ ਹੈ, ਉਸ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ ਔਰ ਕਿੰਨਾ ਕੁ ਜਾਇਜ਼ ਹੈ ਕਿੰਨਾ ਕੁ? ਦੇਖੋ ਅੱਜ ਤੁਹਾਡੇ ਨਾਲ ਮੈਂ ਇਹ ਵੀ ਸ਼ੇਅਰ ਕਰਨਾ ਚਾਹੁੰਦਾ, 14 ਪੰਚਾਇਤਾਂ ਨੇ ਡਿਸਟ੍ਰਿਕਟ ਮੋਹਾਲੀ ਦੇ ਵਿੱਚ ਵੱਖ ਵੱਖ ਸਬ ਡਿਵੀਜ਼ਨ ਦੇ ਉਹਨਾਂ ਨੇ ਮਤੇ ਵੀ ਪਾਏ ਆ ਵੀ ਅਸੀਂ ਨਸ਼ਾ ਮੁਕਤ ਆਪਣੇ ਏਰੀਏ ਨੂੰ ਕਰਾਂਗੇ ਔਰ ਅਸੀਂ ਜਿਹੜੇ ਨਸ਼ਾ ਕੋਈ ਵੇਚਣ ਵਾਲਾ ਜਾਂ ਕੋਈ ਸੇਵਨ ਕਰਨ ਵਾਲਾ ਉਹਦੇ ਮਤਲਬ ਜਿਹਦੀ ਇਲਾਜ ਦੀ ਲੋੜ ਆ ਇਲਾਜ ਕਰਾਵਾਂਗੇ, ਦੂਜਿਆਂ ਨੂੰ ਅਸੀਂ ਪੁਲਿਸ ਦੇ ਹਵਾਲੇ ਕਰਾਂਗੇ। ਸੋ ਇਹ ਬੜਾ ਕੰਟੀਨਿਊਸ ਪ੍ਰੋਸੈਸ ਹੈ ਔਰ ਇਹ ਚੱਲਦਾ ਰਹੇਗਾ ਇਸੇ ਤਰੀਕੇ ਨਾਲ, ਉਹ ਇਹਨੂੰ ਮਤਲਬ ਇੱਕ ਦਿਨ ਦੇ ਨਾਲ ਅਸੀਂ ਰਿਲੇਟ ਨਹੀਂ ਕਰ ਸਕਦੇ, ਕੌਂਸਟੈਂਟ ਡਰਾਈਵ ਰਹੇਗੀ ਸਾਡੀ। 15 ਅਗਸਤ ਆ ਗਿਆ, ਉਹਨੂੰ ਲੈ ਕੇ ਕਿਸ ਤਰੀਕੇ ਤਿਆਰੀ, ਜਿਵੇਂ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ 5 ਅੱਤਵਾਦੀ ਫੜੇ ਗਏ ਨੇ ਮੋਹਾਲੀ SOC ਵੱਲੋਂ? ਦੇਖੋ ਭਾਈ ਸਾਹਿਬ, ਅੱਜ ਆਪਾਂ ਡਰੱਗਸ ਦੇ ਬਾਰੇ ਗੱਲ ਕਰ ਰਹੇ ਹਾਂ, ਮੈਂ ਤੁਹਾਨੂੰ ਸ਼ੋਰਟਲੀ ਇਹ ਕਹਿ ਸਕਦਾ ਕਿ ਅਸੀਂ ਬਿਲਕੁਲ ਪੂਰੀ ਤਰ੍ਹਾਂ ਤਿਆਰ ਹਾਂ ਔਰ ਬਿਲਕੁਲ ਇਨਸ਼ੋਰ ਕਰਾਂਗੇ ਕਿ ਪੂਰੀ ਲਾਅ ਐਂਡ ਆਰਡਰ ਸਿਕਿਉਰਿਟੀ ਮੇਨਟੇਨ ਕੀਤੀ ਜਾਂਦੀ। ਡਾਕਟਰ ਸਾਹਿਬ, ਇੱਕ ਵੱਡਾ ਸਵਾਲ ਇੱਥੇ ਇਹ ਵੀ ਬਣਦਾ ਕਿਉਂਕਿ ਜਿਸ ਇਲਾਕੇ 'ਚ ਆਪਾਂ ਖੜੇ ਹਾਂ PG ਦਾ ਇਲਾਕਾ ਹੈ ਅਤੇ ਇਸ PG ਦੇ ਇਲਾਕੇ ਦੇ ਵਿੱਚ ਕਈ ਵਾਰ ਲੋਕ ਜਿਹੜੇ ਬਾਹਰਲੇ ਸੂਬੇ ਤੋਂ ਆ ਕੇ ਰਹਿੰਦੇ ਨੇ, ਬਹੁਤ ਸਾਰੇ ਲੋਕ ਅਜਿਹੇ ਵੀ ਹੋਣਗੇ ਜਿਹੜੇ ਫੇਕ ਆਈਡੈਂਟੀਜ਼ ਨਾਲ ਰਹਿੰਦੇ ਨੇ, ਉਹਨਾਂ ਦਾ ਸਿਰਫ ਆਧਾਰ ਕਾਰਡ ਇਹਨਾਂ ਮਾਲਕਾਂ ਵੱਲੋਂ ਤਾਂ ਲੈ ਲਿੱਤੇ ਜਾਂਦੇ ਨੇ, ਤਾਂ ਉਸ ਤੋਂ ਬਾਅਦ ਜਦੋਂ ਕੋਈ ਵਾਰਦਾਤ ਹੋ ਜਾਂਦੀ ਹੈ ਉਸ ਵਕਤ ਜਦੋਂ ਆਈਡੀਜ਼ ਨਿਕਲਦੀਆਂ ਤਾਂ ਫੇਕ ਨਿਕਲਦੀਆਂ ਨੇ, ਉਸ ਨੂੰ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਦੇ ਕਦਮ ਚੱਕੇ ਜਾਣਗੇ ਤਾਂ ਕਿ ਜਿਹੜਾ ਵੀ ਇਨਸਾਨ ਉੱਥੇ ਆ ਕੇ ਰਹੇ ਉਸਦੀ ਜਿਹੜੀ ਪਛਾਣ ਉਸ ਨੂੰ ਪੁਖਤਾ ਕੀਤਾ? ਦੇਖੋ, ਅਸੀਂ ਮੈਂਡੇਟਰੀ ਕੀਤਾ ਹੋਇਆ 144 ਦੇ ਤਹਿਤ ਡਿਸਟ੍ਰਿਕਟ ਮੈਜਿਸਟਰੇਟ ਸਾਹਿਬ ਤੋਂ ਵੀ ਇਹ ਅਸੀਂ ਸਾਰਾ ਆਰਡਰ ਜਿਹੜੇ ਇਹਨਾਂ ਦੇ ਕਰਾਏ ਹੋਏ ਹੈ ਔਰ ਜਿੱਥੇ ਨਹੀਂ ਹੋਏਗਾ ਅਸੀਂ ਹੁਣ ਐਕਸ਼ਨ ਵੀ ਸ਼ੁਰੂ ਕਰਾਂਗੇ 188 ਦੇ ਤਹਿਤ। ਜਿਹੜਾ ਵੀ ਬੰਦਾ ਮਤਲਬ ਇੱਕ ਇਲੀਗੈਲਿਟੀ ਕਰਦਾ ਹੈ, ਚਾਹੇ ਉਹ ਮਾਲਕ ਮਕਾਨ ਹੈ, ਤੋ ਇਹਦੇ ਤੁਹਾਡੇ ਰਾਹੀਂ ਮੈਂ ਉਹਨਾਂ ਨੂੰ ਵੀ ਇੱਕ ਵਾਰ ਦੁਬਾਰਾ ਇਹ ਵਾਰਨ ਵੀ ਕਰਦਾ ਔਰ ਅਪੀਲ ਵੀ ਕਰਦਾ ਕਿ ਤੁਸੀਂ ਕਾਇੰਡਲੀ ਇਹਨੂੰ ਰਜਿਸਟਰ ਕਰਾਓ, ਕਿਉਂਕਿ ਇਹ ਸਾਰਿਆਂ ਦੀ ਸਿਕਿਉਰਿਟੀ ਅਤੇ ਸੇਫਟੀ ਵਾਸਤੇ ਬਹੁਤ ਜ਼ਰੂਰੀ ਹੈ। ਹਾਂਜੀ ਸਰ, ਕਿਉਂਕਿ ਕੋਆਰਡੀਨੇਸ਼ਨ ਬਹੁਤ ਜ਼ਰੂਰੀ ਹੈ, ਟ੍ਰਾਈਸਿਟੀ ਦਾ ਪਾਰਟ ਹੈ ਨਾ, ਜ਼ਿਲ੍ਹਾ ਹਿਮਾਚਲ, ਹਰਿਆਣਾ, ਚੰਡੀਗੜ੍ਹ, ਇਹ ਵੀ ਪਾਰਟ ਹੈ, ਤਾਂ ਕਿਸ ਤਰ੍ਹਾਂ, ਕਿਉਂਕਿ ਬੜਾ ਈਜ਼ੀ ਪਹਿਲਾਂ ਵੀ ਦੇਖਿਆ ਇਨਕਾਊਂਟਰ ਹੋਏ, ਕਈ ਕਾਬੂ ਵੀ ਕੀਤੇ ਗਏ ਨੇ ਗੈਂਗਸਟਰ, ਤਾਂ ਕਿਸ ਤਰ੍ਹਾਂ ਇਹ ਟਾਸਕ ਹੁੰਦਾ, ਕੋਆਰਡੀਨੇਸ਼ਨ ਕਿਸ ਤਰ੍ਹਾਂ ਦੀ ਰਹਿੰਦੀ ਹੈ ਤੁਹਾਡੀ? ਦੇਖੋ, ਸਾਡੀ ਕੋਆਰਡੀਨੇਸ਼ਨ ਦੇ ਵਿੱਚ ਕੋਈ ਪ੍ਰੋਬਲਮ ਨਹੀਂ, ਚਾਹੇ ਉਹ UT ਪੁਲਿਸ ਹੈ, ਚਾਹੇ ਉਹ ਹਰਿਆਣਾ ਪੁਲਿਸ ਹੈ, ਕੋਈ ਵੀ ਹੋਰ ਸਾਡੇ ਜਿਹੜੀ ਸਟੇਟ ਅਤੇ ਨੋਡਲ ਆਫਿਸਰ ਵੀ ਨੇ ਇੰਟਰ ਸਟੇਟ, ਸਾਡੀ ਕੋਆਰਡੀਨੇਸ਼ਨ ਸੈਂਟਰਲ ਏਜੰਸੀਜ਼ ਨਾਲ ਵੀ ਤੁਸੀਂ ਦੇਖਦੇ ਰਹਿੰਦੇ ਹੋ, ਬੜੀ ਅੱਛੀ ਹੈ, ਕੋਈ ਇਹੋ ਜਿਹੀ ਪ੍ਰੋਬਲਮ ਨਹੀਂ, ਬੜਾ ਕੰਫਰਟ ਜ਼ੋਨ ਹੈ। ਔਰ ਕਿਉਂਕਿ ਸਭ ਦਾ ਹੀ ਇੱਕ ਧਈਆ ਹੈ ਕਿ ਅਸੀਂ ਕ੍ਰਾਈਮ ਫਰੀ ਕਰਨਾ ਔਰ ਕ੍ਰਿਮੀਨਲਸ ਦੇ ਖਿਲਾਫ਼ ਐਕਸ਼ਨ ਲੈਣਾ। ਵੈਸੇ ਵੀ ਰੀਜਨਲ, ਤੁਹਾਨੂੰ ਪਤਾ ਹੈ ਵੀ ਇਸ 4-5 ਸਟੇਟਸ ਦੀ ਇੱਕ ਰੀਜਨਲ ਐਪੈਕਸ ਬੋਡੀ ਵੀ ਬਣੀ ਹੋਈ, ਜਿਹੜੇ CM ਲੈਵਲ 'ਤੇ ਰੈਗੂਲਰ ਮੀਟਿੰਗਸ ਵੀ ਹੁੰਦੀਆਂ DG ਸਾਹਿਬ ਦੇ ਲੈਵਲ 'ਤੇ ਵੀ। ਸੋ ਉਹਦੇ 'ਚ ਹੀ ਸਾਰਾ ਇਹ ਡਾਊਨ ਦੀ ਲਾਈਨ ਮੈਸੇਜ ਬੜਾ ਕਲੀਅਰ ਹੈ, ਸਾਨੂੰ ਕੋਈ ਦਿੱਕਤ ਨਹੀਂ ਹੈ।